ਅਸੀਂ ਚੱਕਾਂਗੇ ਤੁਹਾਡੇ ਹੱਕ ਦੀ ਆਵਾਜ਼। ਫਤਿਹਵੀਰ ਸਿੰਘ ਨੂੰ ਸਮੇਂ ਸਿਰ ਬੋਰਵੈਲ ਵਿੱਚੋਂ ਬਾਹਰ ਨਾ ਕੱਢਣ ਤੇ ਹੋਈ ਮੌਤ ਲਈ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦੋਸ਼ੀ ਠਹਿਰਾਇਆ ਹੈ। ਸਿਮਰਜੀਤ ਸਿੰਘ ਬੈਂਸ ਨੇ ਇਹ ਕਿਹਾ ਹੈ ਕਿ ਇਹ ਪ੍ਰਸ਼ਾਸਨ ਦੀ ਲਾਪਰਵਾਹੀ ਦਾ ਨਤੀਜਾ ਹੈ ਕਿ ਫਤਿਹਵੀਰ ਸਿੰਘ ਨੂੰ ਆਪਣੀ ਜਾਨ ਗਵਾਉਣੀ ਪਈ। ਬੈਂਸ ਮੁਤਾਬਕ ਉਸ ਦੀ ਮੌਤ ਲਈ DC ਅਤੇ SDM ਜ਼ਿੰਮੇਵਾਰ ਹਨ। ਉਹਨਾਂ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਪਹਿਲੇ ਦਿਨ ਘਟਨਾ ਵਾਲੀ ਥਾਂ 'ਤੇ ਪਹੁੰਚ ਜਾਂਦੇ ਤਾਂ ਸ਼ਾਇਦ ਅੱਜ ਫਤਿਹਵੀਰ ਸਿੰਘ ਨੂੰ ਬਾਹਰ ਕੱਢ ਲਿਆ ਜਾਂਦਾ। ਸਿਮਰਜੀਤ ਸਿੰਘ ਬੈਂਸ ਨੇ ਇਹ ਵੀ ਕਿਹਾ ਹੈ ਕਿ ਸਰਕਾਰ ਨੂੰ ਪੰਜਾਬ ਵਿੱਚ ਖੁੱਲ੍ਹੇ ਬੋਰਵੈੱਲਾਂ ਦੀ ਰਿਪੋਰਟ ਵੀ ਲੈਣੀ ਚਾਹੀਦੀ ਹੈ। ਜੋ ਲੋਕ ਬੋਰਵੈੱਲ ਖੁੱਲ੍ਹੇ ਸੜਦੇ ਨੇ ਅਤੇ ਉਹਨਾਂ 'ਤੇ ਸਖ਼ਤ ਕਾਰਵਾਈ ਵੀ ਹੋਣੀ ਚਾਹੀਦੀ ਹੈ। ਬੜਾ ਦੁੱਖ ਅਤੇ ਅਫਸੋਸ ਫਤਿਹਵੀਰ ਦੇ ਚਲੇ ਜਾਣ ਦਾ, ਬਹੁਤ ਵੱਡਾ ਗਹਿਰਾ ਸਦਮਾ ਉਸ ਪਰਿਵਾਰ ਨੂੰ। ਵਾਹਿਗੁਰੂ ਕਿਰਪਾ ਕਰੇ, ਫਤਿਹਵੀਰ ਦੀ ਆਤਮਾ ਨੂੰ ਸਦੀਵ ਕਰ ਲਈ, ਆਪਣੇ ਚਰਨਾਂ 'ਚ ਨਿਵਾਸ ਬਖਸ਼ੇ, ਪਰਿਵਾਰ ਨੂੰ, ਸਾਖ ਸੰਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਪਰ ਅੱਜ ਇੱਕ ਗੱਲ ਸਾਫ਼ ਅਤੇ ਸਪੱਸ਼ਟ ਹੋ ਗਈ, DC SDM ਇਹ ਸਾਰੇ ਆਪੋ ਆਪਣੀ ਪ੍ਰਮੋਸ਼ਨ ਅਤੇ ਰਾਸ਼ਟਰਪਤੀ ਅਵਾਰਡ ਲੈਣ ਦੇ ਚੱਕਰ ਦੇ ਵਿੱਚ ਇੱਕ ਮਾਸੂਮ ਦੀ ਜਾਨ ਇਹਨਾਂ ਨੇ ਲਈ। ਇਹਨਾਂ ਦੇ ਉੱਤੇ ਤੁਰੰਤ DC SDM ਦੇ ਉੱਤੇ FIR ਦਰਜ ਹੋਣਾ ਚਾਹੀਦਾ। ਔਰ ਉਹ ਯੋਧਾ ਜਿਹਨੇ 15 ਮਿੰਟ ਦੇ ਵਿੱਚ ਬੱਚਾ ਬਾਹਰ ਕੱਢਿਆ, ਮੈਂ ਰਿਕਮੈਂਡ ਕਰੂੰਗਾ, ਸਰਕਾਰ ਨੂੰ ਲਿਖ ਕੇ ਵੀ ਭੇਜੂੰਗਾ ਵੀ ਉਹਨੂੰ ਜਿਹੜੀ ਤੁਹਾਡੀ ਐਮਰਜੈਂਸੀ ਟੀਮ ਹੈਗੀ ਹੈ ਨਾ, ਜਿਹੜੀ ਤੁਸੀਂ NDRF ਬਣਾਈ ਹੋਈ ਹੈ, ਯੇ ਵੋ, ਇਸ ਮੁੰਡੇ ਨੂੰ ਭਰਤੀ ਕਰੋ ਤਾਂ ਜੋ ਕਿਤੇ ਇਸ ਤਰੀਕੇ ਦੀ ਘਟਨਾ ਹੋਵੇ ਅਤੇ ਇਸ ਨੌਜਵਾਨ ਦੀਆਂ ਸੇਵਾਵਾਂ ਲਈਆਂ ਜਾ ਸਕਣ। ਸਿਰਫ 15 ਮਿੰਟ ਦੇ ਵਿੱਚ ਉਹਨੇ ਬੱਚਾ ਬਾਹਰ ਕੱਢਤਾ। ਐਂਡ Day 1 ਪਹਿਲੇ ਦਿਨ ਤੋਂ ਉਹ ਜ਼ਿਲ੍ਹਾ ਪ੍ਰਸ਼ਾਸਨ, DC SDM ਅਤੇ ਪੁਲਿਸੀਆਂ ਦੀਆਂ ਮਿੰਨਤਾਂ ਕਰ ਰਿਹਾ ਸੀ ਵੀ ਤੁਸੀਂ ਮੈਨੂੰ ਅੱਧਾ ਘੰਟਾ ਦੇ ਦਿਓ, ਮੈਂ ਬੱਚਾ ਬਾਹਰ ਕੱਢ ਦਿੰਦਾ। ਅਫਸੋਸ ਹੈ, ਆਪਣੀ ਪ੍ਰਮੋਸ਼ਨ ਅਤੇ ਰਾਸ਼ਟਰਪਤੀ ਅਵਾਰਡ ਲੈਣ ਦੇ ਚੱਕਰ ਦੇ ਵਿੱਚ ਉਹਨੂੰ ਪਰਮਿਸ਼ਨ ਨਹੀਂ ਦਿੱਤੀ ਗਈ ਅਤੇ ਬੱਚੇ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ। ਸਾਨੂੰ ਇਹਦੇ ਤੋਂ ਇੱਕ ਬਹੁਤ ਵੱਡਾ ਸਬਕ ਲੈਣਾ ਚਾਹੀਦਾ, ਖਾਸ ਕਰਕੇ ਪੰਜਾਬ ਗਵਰਨਮੈਂਟ ਨੂੰ। ਪੂਰੀ ਦੁਨੀਆ ਦੇ ਵਿੱਚ ਸਾਡੇ ਦੇਸ਼ ਦੀ ਤਕਨੀਕ ਦਾ ਜਨਾਜ਼ਾ ਨਿਕਲਿਆ, ਪੂਰੀ ਦੁਨੀਆ ਦੇ ਵਿੱਚ ਕਿਰਕਰੀ ਹੋਈ ਆ। ਅਸੀਂ ਮਿਜ਼ਾਈਲਾਂ ਦੀਆਂ ਗੱਲਾਂ ਕਰਦੇ ਹਾਂ, ਅਸੀਂ ਚੰਦਰਮਾ 'ਤੇ ਪਹੁੰਚਣ ਦੀਆਂ ਗੱਲਾਂ ਕਰਦੇ ਹਾਂ, ਸਾਡੇ ਕੋਲੋਂ 6 ਦਿਨ ਦੇ ਵਿੱਚ ਇੱਕ ਬੱਚਾ ਬੋਰਵੈੱਲ ਦੇ ਵਿੱਚੋਂ ਬਾਹਰ ਨਹੀਂ ਕੱਢ ਹੋਇਆ। ਬੜਾ ਅਫਸੋਸ, ਜਿੰਨੇ ਪੰਜਾਬ ਦੇ ਵਿੱਚ ਬੋਰਵੈੱਲ ਹੈਗੇ ਆ ਉਹਨਾਂ ਦੀਆਂ ਰਿਪੋਰਟਾਂ ਭੇਜੋ ਵੀ ਨੰਗੇ ਕਿਹੜੇ ਹੈਗੇ ਆ। ਮੁੱਖ ਮੰਤਰੀ ਸਾਹਿਬ, ਜੇ ਸਮੇਂ ਨਾਲ ਕਾਰਵਾਈ ਹੁੰਦੀ, ਸਮੇਂ ਨਾਲ ਤੁਸੀਂ ਪਹੁੰਚ ਜਾਂਦੇ ਤਾਂ ਫਤਿਹਵੀਰ ਬਚ ਜਾਂਦਾ। ਤੁਹਾਡਾ ਪੁਲਿਸ ਪ੍ਰਸ਼ਾਸਨ ਫੇਲ ਹੋ ਚੁੱਕਿਆ, ਤੁਹਾਡਾ ਸਿਵਲ ਪ੍ਰਸ਼ਾਸਨ ਫੇਲ ਹੋ ਚੁੱਕਿਆ। ਅਸੀਂ ਚੱਕਾਂਗੇ ਤੁਹਾਡੇ ਹੱਕ ਦੀ ਆਵਾਜ਼।